ਅੱਜ ਦੇਖੋ ਜੀ, ਜੋ ਕੇਸ ਲੱਗੇ ਹੋਏ ਸੀ ਜੋ ਭਾਈ ਅੰਮ੍ਰਿਤਪਾਲ ਸਿੰਘ ਦੀ ਹੀਬੀਅਸ ਕਾਰਪਸ ਜੋ ਮੈਂ ਐਜ਼ ਪਟੀਸ਼ਨਰ 19 ਮਾਰਚ ਨੂੰ ਪਾਈ ਸੀ, ਉਸ ਦੀ ਤਰੀਕ ਸੀ, ਤਾਂ ਉਸ ਦੇ ਵਿੱਚ ਕੀ ਹੈ ਵੀ ਜਿਵੇਂ ਜੋ ਕੱਲ ਜੋ ਹੋ ਗਿਆ ਸੀ ਭਾਈ ਅੰਮ੍ਰਿਤਪਾਲ ਸਿੰਘ ਨੂੰ ਡਿਟੇਨ ਕਰਕੇ ਅਤੇ ਉਹਨਾਂ ਨੇ NSA ਲਾ ਕੇ ਅਤੇ ਦਿਬੜੂਗੜ੍ਹ ਭੇਜ ਦਿੱਤਾ, ਤਾਂ ਉਸ ਰਿਟ ਪਟੀਸ਼ਨ ਦੇ ਜੋ ਸਾਡੀ ਜੋ ਬੇਸਿਕ ਐਪਰੀਹੈਂਸ਼ਨ ਸੀ, ਖਦਸ਼ਾ ਸੀ ਵੀ ਜਦੋਂ ਕੋਈ ਬੰਦਾ ਵਲਨਰੇਬਲ ਹੁੰਦਾ ਤਾਂ ਸਟੇਟ ਜਾਂ ਹੋਰ ਕੋਈ ਏਜੰਸੀ ਕੋਈ ਅਜਿਹਾ ਕੋਈ ਫੇਕ ਐਨਕਾਊਂਟਰ ਵਗੈਰਾ ਨਾ ਕਰਵਾ ਦੇਣ, ਤਾਂ ਉਸ ਚੀਜ਼ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ 19 ਮਾਰਚ ਨੂੰ ਉਹ ਜੋ ਰਿਟ ਪਟੀਸ਼ਨ ਪਾਈ ਸੀ। ਅਤੇ ਇਸ ਪਟੀਸ਼ਨ ਦੇ ਵਿੱਚ ਜੋ ਹੇਬੀਅਸ ਕਾਰਪਸ ਦਾ ਜਿੰਨਾ ਸਕੋਪ ਸੀ ਵੀ ਭਾਈ ਅੰਮ੍ਰਿਤਪਾਲ ਸਿੰਘ ਦਾ ਕੋਈ ਕੋਈ ਜਾਨੀ ਮਾਲੀ ਕੋਈ ਨੁਕਸਾਨ ਨਾ ਹੋ ਜਾਵੇ, ਕੋਈ ਹਾਰਮ ਨਾ ਹੋ ਜਾਵੇ, ਉਸ ਦੀ ਪੂਰਤੀ ਦੇ ਵਿੱਚ, ਉਸ ਨੂੰ ਪੂਰਨ ਕਰਨ ਦੇ ਵਿੱਚ ਜੋ ਰਿਟ ਪਟੀਸ਼ਨ ਜੋ ਕਾਮਯਾਬ ਰਹੀ ਹੈ ਵੀ ਕੱਲ੍ਹ ਜੋ ਭਾਈ ਅੰਮ੍ਰਿਤਪਾਲ ਸਿੰਘ 'ਤੇ ਜੋ NSA ਲਾ ਕੇ ਅਤੇ ਉਹਨਾਂ ਨੂੰ ਜੋ ਹੈ ਦਿਬੜੂਗੜ੍ਹ ਭੇਜ ਦਿੱਤਾ ਗਿਆ, ਅਤੇ ਇਹ ਚੀਜ਼ ਦਾ ਸਾਨੂੰ ਜੋ ਖਦਸ਼ਾ ਹੈ ਹੁਣ ਇਹ ਦੂਰ ਹੋ ਚੁੱਕਿਆ ਵੀ ਕੋਈ ਫੇਕ ਐਨਕਾਊਂਟਰ ਵਗੈਰਾ ਦਾ। ਅਤੇ ਉਸ ਤੋਂ ਬਾਅਦ ਜੋ ਬਾਕੀਆਂ ਰਿਟ ਪਟੀਸ਼ਨਸ ਹੈਗੀਆਂ ਨੇ ਜੋ NSA ਦੇ ਡਿਟੈਨਿਊਜ਼ ਦੇ ਰਿਗਾਰਡਿੰਗ ਪਾਈਆਂ ਸੀ ਹੇਬੀਅਸ ਕਾਰਪਸ ਦੀਆਂ, ਉਸ ਵਿੱਚ ਅਸੀਂ ਅੰਡਰ ਦਾ ਹੇਬੀਅਸ ਕਾਰਪਸ ਇਹ ਚੈਲੰਜ ਕੀਤਾ ਸੀ ਵੀ ਜੋ ਉਹਨਾਂ ਦੀ NSA ਦੀ ਡਿਟੈਂਸ਼ਨ ਹੈ ਉਹ ਬਿਲਕੁਲ ਇਲੀਗਲ ਹੈ। ਅਤੇ ਉਸ ਤੋਂ ਬਾਅਦ ਮੈਂ ਦਿਬੜੂਗੜ੍ਹ ਗਿਆ ਸੀ, ਉਹਨਾਂ ਨੂੰ ਮਿਲਿਆ ਸੀ, ਜਿੰਨੇ ਵੀ ਗਰਾਊਂਡਸ ਆਫ ਆਰਡਰ ਆਫ ਡਿਟੈਂਸ਼ਨ, ਗਰਾਊਂਡਸ ਆਫ ਡਿਟੈਂਸ਼ਨ ਅਤੇ ਪਲੱਸ ਜੋ ਸਪੋਰਟਿੰਗ ਮਟੀਰੀਅਲ ਸੀ, ਜੋ ਡੋਜ਼ੀਅਰ ਬਣਾਇਆ ਹੋਇਆ ਅਤੇ ਪੈਨ ਡਰਾਈਵਸ ਵਗੈਰਾ ਜੋ ਉਹਨਾਂ ਨੂੰ ਸਪਲਾਈ ਕੀਤੀਆਂ ਸੀ ਉਹ ਮੈਂ ਲੈ ਕੇ ਆ ਗਿਆ ਸੀ, ਅਤੇ ਉਹਨਾਂ ਨੂੰ ਅਸੀਂ ਔਨ ਪਲੇਸ ਔਨ ਰਿਕਾਰਡ ਕਰਨ ਦੇ ਲਈ, ਅਤੇ ਉਹਨਾਂ ਪਲੇਸ ਔਨ ਰਿਕਾਰਡ ਕਰਕੇ ਉਹਨਾਂ ਨੂੰ ਚੈਲੰਜ ਕਰਨਾ ਅਤੇ NSA ਨੂੰ ਚੈਲੰਜ ਕਰਨ ਦੇ ਲਈ ਅਸੀਂ ਜੋ ਟਾਈਮ ਸੀ ਕਰ ਰਹੇ ਸੀ ਮਾਨਯੋਗ ਅਦਾਲਤ ਤੋਂ, ਅਤੇ ਉਹ ਅਗਲੀ ਤਰੀਕ ਸਾਨੂੰ ਜੋ 1 May 'ਤੇ ਉਹ ਰੱਖ ਦਿੱਤੇ ਗਏ ਹੈ ਮੈਟਰ। ਉਦੋਂ ਤੱਕ ਅਸੀਂ ਜਿੰਨਾ ਵੀ ਹੈ ਜੋ ਐਡਵਾਈਜ਼ਰੀ ਬੋਰਡ ਨੂੰ ਰੀਪ੍ਰਜੈਂਟੇਸ਼ਨਸ ਬਣਾ ਕੇ ਦੇਣੀਆਂ ਨੇ ਉਹ ਵੀ ਦੇਵਾਂਗੇ, ਅਤੇ ਉਸ ਤੋਂ ਬਾਅਦ ਵਿੱਚ ਉਹਨਾਂ ਡਿਟੈਨਿਊਜ਼ ਦੇ ਬਿਆਵ 'ਤੇ ਜਿਹਨਾਂ ਨੂੰ NSA ਲਾ ਕੇ ਦਿਬੜੂਗੜ੍ਹ ਭੇਜਿਆ ਗਿਆ, ਅਤੇ ਜਿਨ੍ਹਾਂ ਵਿੱਚ ਜੋ ਗੁਰਮੀਤ ਸਿੰਘ ਬੁੱਕਣਵਾਲਾ ਨੇ, ਕੁਲਵੰਤ ਸਿੰਘ ਰਾਉਕੇ ਨੇ, ਪ੍ਰਧਾਨ ਮੰਤਰੀ ਬਾਜੇ ਕੇ ਹੈ, ਦਲਦਰ ਫੌਜੀ ਹੈ, ਬਸੰਤ ਸਿੰਘ ਹੈ, ਅਤੇ ਜੋ ਪੱਪਲਪ੍ਰੀਤ ਸਿੰਘ ਨੇ, ਅਤੇ ਹੁਣ ਉਹਨਾਂ ਦੇ ਵਿੱਚ ਜੋ ਭਾਈ ਅੰਮ੍ਰਿਤਪਾਲ ਸਿੰਘ ਨੂੰ ਵੀ ਉੱਥੇ ਹੀ ਭੇਜ ਦਿੱਤਾ ਗਿਆ। ਤਾਂ ਇਹਨਾਂ ਸਾਰਿਆਂ ਦੀ ਜੋ ਹੁਣ ਜੋ ਪਹਿਲਾਂ ਜੋ ਪਰਮਿਸ਼ਨ ਨਹੀਂ ਸੀ ਦੇ ਰਹੇ ਮਿਲਣ ਦੇ ਲਈ, ਤਾਂ ਜੋ ਰੈਲੇਵੈਂਟ ਮਟੀਰੀਅਲ ਹੈ, ਗਰਾਊਂਡ ਜਿਹਨਾਂ ਨੂੰ ਚੈਲੰਜ ਕਰਨਾ ਚਾਹੁੰਦੇ ਸੀ ਥਰੂ ਰਿਟ ਪਟੀਸ਼ਨ, ਉਹ ਮਿਲ ਨਹੀਂ ਸੀ ਰਿਹਾ, ਹੁਣ ਉਹ ਮਿਲ ਚੁੱਕਿਆ। ਹੁਣ ਮਾਨਯੋਗ ਅਦਾਲਤ ਦੇ ਜੋ ਪ੍ਰੋਸੀਜਰ ਦੇ ਥਰੂ ਔਨ ਰਿਕਾਰਡ ਲੈ ਕੇ ਆ ਕੇ ਉਸ ਮਟੀਰੀਅਲ ਨੂੰ ਉਹਨਾਂ ਗਰਾਊਂਡਸ ਨੂੰ ਚੈਲੰਜ ਕਰਾਂਗੇ, ਅਤੇ ਮਾਨਯੋਗ ਜੋ ਅਦਾਲਤ 'ਤੇ ਪੂਰਾ ਭਰੋਸਾ ਹੈ, ਅਤੇ ਸਾਨੂੰ ਪੂਰੀ ਹੋਪ ਹੈ ਵੀ ਅਸੀਂ ਕਾਮਯਾਬ ਵੀ ਹੋਵਾਂਗੇ, ਅਤੇ ਉਹ ਜਿਹੜੇ ਨੌਜਵਾਨ ਨੇ, ਆਗੂ ਨੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਜੋ ਦਿਬੜੂਗੜ੍ਹ ਵਿੱਚ ਨੇ, ਅਤੇ ਉਹ ਛੇਤੀ ਬਾਹਰ ਆਉਣਗੇ। कुछ जो अमृतपाल वाला मैटर है उसमें ही स्टेट ऑफ पंजाब ने सभी को क्लियर हो गया कि कल वो अरेस्ट हो चुके हैं, सो डेट इज़ डिसमिस्ड एज इंफ्रक्चर्स। तो जो अदर मैटर्स है जिसमें हमारा मैटर था जो दलजीत कलसी है, नरेंद्र कौर उनकी वाइफ की बिहाफ पे हमने NSA चैलेंज किया था, तो आज कोर्ट को हमने बताया कि हम जो अमेंडेड पिटीशन फाइल करना चाहते हैं, एट द टाइम ऑफ फाइलिंग दिस पिटीशन हमारे पास ना तो ग्राउंड्स ऑफ अपील थी, ना डिटेंशन ऑर्डर थे, ना जो अनेक्सर्स अब स्टेट ने लगाए थे वो थे, ना ही हमारे पास वीडियोस थी, क्योंकि एंटायरली जो NSA एक्ट है, जो टेक्निकल एक्ट है, तो इसमें जितने भी कैचेज हैं वो हम तभी कोर्ट के सामने लेके आ सकते हैं जब तक हमारी लीगल मीटिंग हमारे क्लाइंट से हो। तो टिल डेट हमारी कोई भी लीगल मीटिंग नहीं है, सो कमिंग 27th को हम लीगल मीटिंग करेंगे, उसके बाद जो भी है अमेंडेड पिटीशन फाइल करके कोर्ट ने 1 May के लिए ये केस को फाइनली फिक्स कर दिया है कि आप इस पे आर्गुमेंट करो तो हम इस केस को फाइनली डिस्पोज ऑफ करेंगे। तो इसके बिना दो और अदर पिटीशन थी वो भी डिसमिस्ड एज इंफ्रक्चर्स हो गई है, वो थी एक प्रेम सिंह की थी और एक कुलदीप सिंह की थी, वो दोनों बंदे जो थे वो पुलिस ने प्रोड्यूस कर दिए कोर्ट में, अब बेल्स पे आउट हो चुके हैं।